ਹੈਲੋ ਈਵਰਸ ਸਾਰਿਆਂ ਦਾ ਮੇਰੇ ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਤੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਕਰਨ ਜਾ ਰਹੇ ਹਾਂ ਕਲਾਸ 9th ਦੀ ਐਕਸਰਸਾਈਜ਼ 12.2 ਦਾ ਕੁਐਸਚਨ ਨੰਬਰ 4 ਹੈ ਕੁਐਸਚਨ ਨੰਬਰ 4 ਹੈ ਕਿ ਇੱਕ ਤ੍ਰਿਭੁਜ ਅਤੇ ਇੱਕ ਸਮਾਨਾਂਤਰ ਚਤੁਰਭੁਜ ਇੱਕ ਹੀ ਆਧਾਰ ਤੇ ਅਤੇ ਖੇਤਰਫਲ ਵੀ ਇੱਕ ਹੀ ਹੈ ਦੋ ਚੀਜ਼ਾਂ ਹੈਗੀਆਂ ਇੱਕ ਤ੍ਰਿਭੁਜ ਹੈ ਤੇ ਇੱਕ ਸਮਾਨਾਂਤਰ ਚਤੁਰਭੁਜ ਹੈ ਇਹਨਾਂ ਦਾ ਆਧਾਰ ਵੀ ਇੱਕੋ ਹੀ ਹੈ ਤੇ ਇਹਨਾਂ ਦੋਨਾਂ ਦਾ ਖੇਤਰਫਲ ਵੀ ਬਰਾਬਰ ਹੈ ਮਤਲਬ ਕਿ ਜੇਕਰ ਤ੍ਰਿਪੂੜੀ ਦੀਆਂ ਭੁਜਾਵਾਂ 26 ਸੈਂਟੀਮੀਟਰ 28 ਸੈਂਟੀਮੀਟਰ ਤੇ 30 ਸੈਂਟੀਮੀਟਰ ਹੋਣ ਅਤੇ ਸਮਾਨਤਰ ਚਤੁਰਪੂਜ 28 ਸੈਂਟੀਮੀਟਰ ਦੇ ਆਧਾਰ ਤੇ ਸਥਿਤ ਹੋਣ ਤਾਂ ਉਸ ਦੀ ਸੰਗਤ ਉਚਾਈ ਪਤਾ ਕਰੋ ਜਿਹੜੀ ਸਾਡੇ ਕੋਲ ਸਮਾਨਤਰ ਚਤੁਰਪੂਜ ਹੈ ਪੈਲੋਗ੍ਰਾਮ ਹੈ ਉਹਦੀ ਅਸੀਂ ਹਾਈਟ ਪਤਾ ਕਰਨੀ ਹੈ ਅ ਟ੍ਰੈਂਗਲ ਐਂਡ ਅ ਪੈਲੋਗ੍ਰਾਮ ਹੈਵ ਦਾ ਸੇਮ ਬੇਸ ਐਂਡ ਦਾ ਸੇਮ ਏਰੀਆ ਇਫ ਦਾ ਸਾਈਡਸ ਆਫ ਦਾ ਟ੍ਰੈਂਗਲ ਆ 26 ਸੈਂਟੀਮੀਟਰ 28 ਸੈਂਟੀਮੀਟਰ ਐਂਡ 30 ਸੈਂਟੀਮੀਟਰ and the parallelogram stands on the base 28 cm find the height of the parallelogram so hun sade kole question hega ki ik ta triangle hai ਇਸ ਤਰ੍ਹਾਂ ਦੀ ਇੱਕ ਟ੍ਰੈਂਗਲ ਹੈ ਜਿਹਦਾ ਬੇਸ ਜਿਹੜਾ 28 ਸੈਂਟੀਮੀਟਰ ਹੈ ਇੱਕ ਸਾਈਡ ਜਿਹੜੀ ਉਹ 26 ਸੈਂਟੀਮੀਟਰ ਹੈ ਤੇ ਇੱਕ ਸਾਈਡ ਇਹਦੀ 30 ਸੈਂਟੀਮੀਟਰ ਠੀਕ ਹੈ ਰਫ ਫਿਗਰ ਬਣਾ ਲਈ ਹੁਣ ਜਿਹੜੇ ਪੈਲੋਗ੍ਰਾਮ ਹੈ ਪੈਲੋਗ੍ਰਾਮ ਦਾ ਬੇਸ ਵੀ ਜਿਹੜਾ ਉਹ 28 ਸੈਂਟੀਮੀਟਰ ਹੈ ਇਸ ਤਰ੍ਹਾਂ ਮੈਂ ਇੱਕ ਰਾਫਟ ਸਕੈਚ ਬਣਾ ਲਿਆ ਪੈਲੋਗ੍ਰਾਮ ਦਾ ਤੇ ਇਹਦੀ ਅਸੀਂ ਹਾਈਟ ਪਤਾ ਕਰਨੀ ਹੈ ਇਸ ਪੈਲੋਗ੍ਰਾਮ ਦੀ ਹਾਈਟ ਪਤਾ ਕਰਨੀ ਹੈ ਇਹ ਹਾਈਟ ਹੋਏਗੀ ਸੰਗਤੁਚਾਈ ਠੀਕ ਹੈ ਏਰੀਆ ਦੋਨਾਂ ਦਾ ਸੇਮ ਹੈ ਤਾਂ ਸਾਡੇ ਕੋਲ ਟ੍ਰੈਂਗਲ ਦੀਆਂ ਤਿੰਨ ਸਾਈਡਸ ਹੈਗੀਆਂ ਤਾਂ ਅਸੀਂ ਸੋਖਾ ਹੀ ਹੈ ਕਿ ਹੈਰਨਸ ਫਾਰਮੂਲਾ ਲਗਾ ਕੇ ਇਹਦਾ ਏਰੀਆ ਪਤਾ ਕਰ ਲਾਂਗੇ ਸੋਲੂਸ਼ਨ ਦੇ ਵਿੱਚ ਅਸੀਂ ਲਿਖ ਲੈਣੇ ਆ ए इज इक्ल टू ट्वेंटी एट सेंटीमीटर बी इज इक्ल टू ट्वेंटी सिक्स एंड सी इज इक्ल टू थर्टी एस कि आ जाएगा साढ़े को ट्वेंटी एट प्लस ट्वेंटी सिक्स प्लस थर्टी अपॉइंट टू एक ही हो गया साढ़े को चौदह एक हांसल आ गया तीन दो, दो चार तीन सत ए फोर ਜਦੋਂ ਇਸ ਨੂੰ ਕੱਟ ਦਾਂਗੇ 2 2 4 2 ਚੋਕੇ 8 2 2 4 42 ਸੈਂਟੀਮੀਟਰ ਆ ਗਿਆ ਠੀਕ ਹੈ ਐਸਾ ਸਾਡੇ ਕੋਲ ਕਿੰਨਾ ਆ ਗਿਆ ਸੈਮੀ ਪਰਿਮੀਟਰ ਕਿੰਨਾ ਆ ਗਿਆ 42 ਸੈਂਟੀਮੀਟਰ ਸੋ ਹੁਣ ਏਰੀਆ ਆਫ ਟ੍ਰੈਂਗਲ ਏਰੀਆ ਆਫ ਟ੍ਰੈਂਗਲ ਜਾਂ ਪੰਜਾਬੀ ਚ ਸਿੱਖਾਂਗੇ ਤ੍ਰਿਪੂਜ ਦਾ ਖੇਤਰਫਲ ਇਹ ਇਕੁਅਲ ਟੂ ਕਿਹਦੇ ਅੰਦਰ s s a s b s c ਸਾਰੇ ਦਾ ਸਕੁਅਰ ਰੂਟ s ਸਾਡੇ ਕੋ 42 ਹੈ 42 28 42 26 42 30 ਸਕੁਅਰ ਰੂਟ ਤੇ ਨਾਲ ਸਾਡੇ ਕੋਲ ਆ ਜਾਏਗਾ ਸੈਂਟੀਮੀਟਰ ਸਕੁਅਰ ਹੁਣ ਸਾਡੇ ਕੋਲ ਆ ਗਿਆ 42 42 ਚ 28 ਅਸੀਂ ਮਾਈਨਸ ਕਰਾਂਗੇ 14 ਬਚਣਗੇ 12 ਚ 6 ਗੇ 6 ਤੇ ਚ ਤਿੰਨ ਦੀ ਦੋ 16 ਬਚੇ ਬਾਕੀ ਮਾਈਨਸ 3 ਕਰਾਂਗੇ ਤਾਂ 12 ਬਚਣਗੇ ਸਾਰੇ ਦਾ ਸਕਰੂਟ ਐਂਡ ਸੈਂਟੀਮੀਟਰ ਸਕਰ ਠੀਕ ਹੈ ਹੁਣ ਅਸੀਂ ਇਹਨਾਂ ਦੇ ਫੈਕਟਰ ਕਰ ਲਈਏ 42 ਨੂੰ ਅਸੀਂ ਕਿਹਦਾ ਲਿਖ ਸਕਦੇ ਆ 14 3 42 ਠੀਕ ਹੈ ਨਾ ਮਲਟੀਪਲਾਈ ਬਾਈ 14 ਸਾਨੂੰ ਲੱਗਦਾ ਹੈ ਕਿ 14 ਦਾ ਇੱਥੇ ਕੰਬੀਨੇਸ਼ਨ ਬਣਦਾ ਪਿਆ ਹੈ ਮਲਟੀਪਲਾਈ ਹੁਣ ਇਹਨਾਂ ਦੇ ਅਸੀਂ ਫੈਕਟਰ ਕਰੀਏ ਠੀਕ ਹੈ 4 4 16 ਤੇ 4 3 12 ਠੀਕ ਹੈ ਪ੍ਰਾਈਮ ਫੈਕਟਰ ਨਹੀਂ ਕੀਤੇ ਫੈਕਟਰ ਕੀਤੇ ਜਿਹਦੇ ਨਾਲ ਸਾਡੇ ਪੇਅਰ ਬਣਦੇ ਪਏ ਆ ਥੋੜਾ ਜਿਹਾ ਸੋਚ ਕੇ ਇਹ 14 ਦੇ 14 ਦਾ ਪੇਅਰ 14 ਬਾਰ ਆ ਗਿਆ 3 ਦਾ 3 ਨਾਲ ਪੇਅਰ ਹੋ ਗਿਆ 3 ਬਾਰ ਆ ਗਿਆ 4 ਦਾ 4 ਨਾਲ ਪੇਅਰ ਹੋ ਗਿਆ ਤੇ 4 ਜਿਹੜਾ ਅੰਡਰ ਰੂਟ ਤੋਂ ਬਾਹਰ ਆ ਗਿਆ ਅੰਡਰ ਰੂਟ ਦੇ ਅੰਦਰ ਸਾਡੇ ਕੋਲ ਰਹਿ ਗਿਆ ਓਨਲੀ 4 ਠੀਕ ਹੈ ਪਰ ਜਿਹੜਾ 4 ਹੈ ਉਹ ਵੀ ਦੇਖੋ ਹੁਣ ਤੁਸੀਂ ਉਹਦੇ ਫੈਕਟਰ ਹੋਣੇ ਆ 2 ਤੇ ਇਹਦਾ ਇਹਦੇ ਵਿੱਚ ਸਾਡੇ ਕੋਲ 2 ਬਾਰ ਆ ਜਾਣਾ मैं इतने प्राइम फैक्टर नहीं थे इतने सूँ फोर फिर प्राइम फैक्टर करने पे इन मल्टीप्लाई करके आ गया साढ़े को थ्री हंड्रड थर्टी सिक्स सेंटीमीटर स्क्यर बट य एरिया तो पैलोग्राम का एरिया इक्वल है ठीक है ये सो गिवन है एरिया ऑफ ट्रैंगगल इज इक्वल टू एरिया ऑफ पैलोग्राम ठीक है त्रिभुज का क्षेत्रफल बराबर समान अंतर चतुर्भुज का क्षेत्रफल ये दवें बराबर है ਦਿ ਆਰੀਆ ਆਫ ट्रायंगल ਸਾਡੇ ਕੋਲ ਆ ਗਿਆ 336 ਸੈਂਟੀਮੀਟਰ ਸਕਰ ایرিয়া ਆਫ ਪੈਲੋਗ੍ਰਾਮ ਪੈਲੋਗ੍ਰਾਮ ਦਾ ਜਿਹੜਾ ایرিয়া ਆ ਉਹਦੇ ਲਈ ਅਸੀਂ ਕਿਹੜਾ ਯੂਜ਼ ਕਰਦੇ ਹਾਂ ਫਾਰਮੂਲਾ ਬੇਸ ਇੰਟੂ ਹਾਈਟ ਠੀਕ ਹੈ ਜਾਂ ਬੇਸ ਇੰਟੂ ਪਰਪੈਂਡੀਕਲਰ ਹੁੰਦਾ ਪੰਜਾਬੀ ਚ ਅਸੀਂ ਕੀ ਲਿਖਾਂਗੇ ਸੈਂਟੀਮੀਟਰ ਸਕਰ ਬਰਾਬਰ ਆਧਾਰ ਗੁਣਾ ਲੰਬ ਠੀਕ ਹੈ ਨਾ ਲੰਬ ਜਿਹੜਾ ਹਾਈਟ ਹੈ ਜਿਹੜਾ ਧਾਰ ਗੁਣਾ ਉਚਾਈ ਹੁਣ ਸਾਡੇ ਕੋਲ ਆ ਗਿਆ 36 ਸੈਂਟੀਮੀਟਰ ਸਕਰ ਤੇ b ਸਾਡੇ ਕੋਲ 28 ਹੈ ਬੇਸ ਜਿਹੜਾ ਸੀਗਾ ਇਹਦਾ ਇਹ 28 ਸੀਗਾ ਮਲਟੀਪਲਾਈ b h ਹੁਣ h ਇੱਧਰ ਅਸੀਂ ਰਹਿਣ ਦਾਂਗੇ ਤੇ 28 ਸੈਂਟੀਮੀਟਰ ਇੱਧਰ ਆ ਜਾਣਗੇ 3 336 upon 28 सेंटीमीटर स्क्वायर ਤੇ نیچے ਸਾਡੇ ਕੋਲ ਇਹਦੇ ਨਾਲ ਸੈਂਟੀਮੀਟਰ ਹੋਏਗਾ ਸੋ hk ਦੇ ਇਕੁਅਲ ਟੂ ਆ ਗਈ 336 सेंटीमीटर स्क्वायर 28 ਸੈਂਟੀਮੀਟਰ ਹੁਣ ਅਸੀਂ ਇਹਨਾਂ ਨੂੰ ਕੱਟ ਕੇ ਦੇਖੀਏ ਕਿੰਨਾ ਆਂਦਾ 36 ਨੂੰ ਅਸੀਂ 28 ਨਾਲ ਡਿਵਾਈਡ ਕਰ ਲਿਆਂਗੇ